நஹ்மதுஹு வ நஸல்லி அலா ரசூலில் கரீம். நதம் தான்வானே அல்லாதே வரீதி பஹச்சான். கை கை லோ கேந்தே நே ஐ லதீஸ் வலியா நூ நை மந்தே அல்லாஹ் தே வலி தி பஹச்சான் தஸ்ஸி ਸਾਡੇ ਬਜ਼ੁਰਗਾਂ ਨੇ. ਤੇਰਾ ਸ਼ੁਕਰ ਮੌਲਾ ਹਮੇਸ਼ਾ ਗੁਜ਼ਾਰਾਂ, ਤੇਰਾ ਸ਼ੁਕਰ ਮੌਲਾ ਹਮੇਸ਼ਾ ਗੁਜ਼ਾਰਾਂ, ਤੇਰਾ ਨਾਮ ਹਰਦਮ ਪੁਕਾਰਾਂ ਪੁਕਾਰਾਂ. ਤੂੰ ਇਨਾਮ ਸਾਡੇ ਤੇ ਕੀਤੇ ਹਜ਼ਾਰਾਂ, ਮੈਂ ਕੀ ਦੱਸਾਂ ਗਿਣ ਗਿਣ ਕੇ ਹੈ ਬੇਸ਼ੁਮਾਰਾਂ. ਤੂੰ ਨਬੀਆਂ ਨੂੰ ਘਲ ਕੇ ਹਦਾਇਤ ਸਿਖਾਈ ਤੇ ਤਬਲੀਗ ਨੇਕਾਂ ਦੇ ਰਾਹੋਂ ਪਹੁੰਚਾਈ. ਉਹ ਨਬੀ ਦੇ ਨਾ ਹੁੰਦੇ ਖੁਦਾ ਦੇ ਦੁਲਾਰੇ, ਸਿਹਾਬੀ ਨਾ ਹੁੰਦੇ ਚਮਕਦੇ ਸਿਤਾਰੇ, ਤੇ ਇਮਾਮ ਜੇ ਨੇਕ ਹੁੰਦੇ ਨਾ ਸਾਰੇ, ਵਲੀ ਦੇ ਨਾ ਹੁੰਦੇ ਖੁਦਾ ਦੇ ਪਿਆਰੇ. ਅਸਾਂ ਜੰਜੂ ਪਾ ਕੇ ਮੜੀ ਪੂਜਣੀ ਸੀ ਜਾਂ ਪੱਥਰ ਦੀ ਮੂਰਤ ਖੜੀ ਪੂਜਣੀ ਸੀ. ਜਿੱਥੇ ਜਾਵਾਂ ਇਹੋ ਸੁਣਾ ਮੈਂ ਕਕਾਰੇ, ਬੜੇ ਜੋਸ਼ ਦੇ ਨਾਲ ਵੱਜਦੇ ਨੇ ਨਾਰੇ. ਉਹ ਕਹਿੰਦੇ ਨੇ ਕਰ ਕਰਕੇ ਸਾਨੂੰ ਇਸ਼ਾਰੇ, ਕਿ ਵਲੀਆਂ ਦੇ ਮੁਨਕਰ ਵਹਾਬੀ ਨੇ ਸਾਰੇ. ਉਹ ਸੁਣੋ ਦੱਸਾਂ, ਸਾਡਾ ਜੀ ਈਮਾਨ ਪੱਕਾ, ਜੇ ਵਲੀਆਂ ਦਾ ਮੁਨਕਰ ਹੈ ਸ਼ੈਤਾਨ ਪੱਕਾ. ਜ਼ਰਾ ਗੌਰ ਕਰਕੇ ਸੁਣਾ ਨਜ਼ਮ ਮੇਰੀ, ਸੱਚੇ ਬਲੀ ਹੋਏ ਅਲੀ ਹਜਵੇਰੀ, ਤੇ ਨਾਲੇ ਮੋਈ ਨੁਦੀਨ ਅਜ ਮੇਰੀ, ਖੁਦਾ ਕੇ ਰਹਿਮਤ ਉਹਨਾਂ ਤੇ ਗਨੇਰੀ. ਉਹ ਸੱਚੇ ਵਾਲੀ ਬਗਦਾਦ ਵਾਲੇ ਜਿਲਾਨੀ, ਤੇ ਨਾਲੇ ਮੁਜੱਦਦ ਹੋਏ ਰਫਤਾਨੀ. ਕਲੀਅਰ ਵਾਲੇ ਹੋਏ ਸਾਬਰ ਵਲੀ ਜੇ, ਬਾਬਾ ਫਰੀਦਨਾ ਕਾਬਰ ਵਲੀ ਜੇ, ਤੇ ਤਬਰੇਜ਼ ਸ਼ਮਸ ਉਜਾਗਰ ਵਲੀ ਜੇ, ਬਰੇਲੀ ਦਾ ਅਹਿਮਦ ਬਹਾਦਰ ਵਲੀ ਜੇ. ਉਹ ਵਲੀ ਇਸਮਾਇਲ ਇੱਕ ਜਣੇ ਅਸੀਂ ਮਾਈ ਬਾਲਾ ਕੋਟ ਜਿਸ ਨੇ ਸ਼ਹਾਦਤ ਹੈ ਪਾਈ. ਸ਼ਾਹ ਵਲੀ ਉੱਲਾ ਹੋਇਆ ਸੱਚਾ ਪੀਰੇ, ਸ਼ਾਹ ਵਲੀ ਉੱਲਾ ਹੋਇਆ ਸੱਚਾ ਪੀਰੇ, ਦਿੱਲੀ ਵਿੱਚ ਹੋਇਆ ਜੋ ਸੱਯਦ ਨਜ਼ੀਰੇ, ਬਹਾਵਲ ਹੋਇਆ ਹੱਕ ਆਲਮ ਕਬੀਰੇ, ਨਦਾਮੁਦੀਨ ਹੋਇਆ ਸੱਚਾ ਫਕੀਰੇ. ਉਹ ਸੱਚੇ ਵਲੀ ਸੱਯਦ ਬਖਤਿਆਰ ਕਾਕੀ ਤੇ ਦੋਸਤ ਖੁਦਾ ਦੇ ਖਾਜਾ ਬਿੱਲਾ ਬਾਕੀ. ਸ਼ਾਨ ਵਾਲੀਆਂ ਦੇ ਵਿੱਚ ਜਿਹੜਾ ਫਰਕ ਲਿਆਵੇ, ਦੁਆ ਮੇਰੀ ਉਸ ਨੂੰ ਖੁਦਾ ਕੋੜ ਪਾਵੇ, ਅੰਨਾ ਕਰਕੇ ਮੌਲਾ ਅਸ਼ਰ ਨੂੰ ਉਠਾਵੇ ਜਾਵੇ, ਰੋਂਦਾ ਦੋਸਤ ਨੂੰ ਕੋਨਾ ਛੁੜਾਵੇ. ਤੇ ਇਲਜ਼ਾਮ ਸਾਡੇ 'ਤੇ ਜਿਹੜੇ ਲਗਾਵਣ ਹਸ਼ਰ ਨੂੰ, ਉਹ ਬਦਲਾ ਖੁਦਾ ਕੋਲ ਪਾਵਾਂ. ਇਹ ਸਾਰੇ ਹੋਏ ਨੇ ਉੱਚੀ ਸ਼ਾਨ ਵਾਲੇ, ਇਹ ਸਾਰੇ ਹੋਏ ਨੇ ਉੱਚੀ ਸ਼ਾਨ ਵਾਲੇ, ਉੱਚੀ ਸ਼ਾਨ ਵਾਲੇ, ਉੱਚੀ ਆਉਣ ਵਾਲੇ, ਤੋਹੀਦ ਅੱਲਾਹ ਦੀ ਫੈਲਾਉਣ ਵਾਲੇ ਅਤੇ ਇਸਲਾਮ 'ਤੇ ਜਾਣਦੇ ਜਾਣ ਵਾਲੇ. ਰਹਿਮਤ ਕਰੇ ਮੌਲਾ ਉਹਨਾਂ ਦੇ ਉੱਤੇ ਵਸੇ ਨੂਰ ਜਿਹੜੇ ਜਗ੍ਹਾ 'ਤੇ ਨੇ ਸੁੱਤੇ. ਫਿਰ ਸਾਨੂੰ ਆਉਂਦੇ ਨੇ, ਇਹ ਮੰਨਦੇ ਨੇ, ਇਹ ਮੰਨਦੇ ਤਾਂ ਹੈ ਪਰ ਪੂਜਦੇ ਨਹੀਂ ਨੇ. ਪਰ ਪੂਜਾ ਦੇ ਲਾਇਆ ਕਿ ਅੱਲਾ ਫਿਰਾਓ, ਉਹਦੇ ਬਾਅਦ ਸਾਨੂੰ ਕਿਸੇ ਨੇ ਝੁਕਾਓ. ਦੁੱਖ ਸੁੱਖ ਵੇਲੇ ਉੱਥੇ ਨੂੰ ਬੁਲਾਓ, ਨਾ ਗੈਰ ਅੱਲਾ ਨਜ਼ਰਾਂ ਦੀ ਆਦਤ ਜੜਾਓ. ਬਜ਼ੁਰਗੀ ਬਜ਼ੁਰਗਾਂ ਦੀ ਬੇਸ਼ੱਕ ਵਜ੍ਹਾ ਹੈ, ਪਰ ਘੱਟ ਨਫੇ ਦਾ ਮਾਲਿਕ ਖੁਦਾ ਹੈ. ਅਬੂ ਜਾਲ ਹੈ ਜੋ ਕਰਾਮਤ ਦਾ ਮੁਨਕਰ, ਆਦਨ ਕਰਾਮਤ ਨਹੀਂ ਮੰਨਦੇ. ਅਬੂ ਜਾਲ ਹੈ ਜੋ ਕਰਾਮਤ ਦਾ ਮੁਨਕਰ, ਕਰਾਮਤ ਦਾ ਮੁਨਕਰ, ਅਦਾਮਤ ਦਾ ਮੁਨਕਰ. ਉਹ ਵਲੀ ਦੀ ਅਕਾਮਤ ਮਦਾਮਤ ਦਾ ਮੁਨਕਰ, ਵਲੀ ਦੀ ਬਦਲਗੀ ਇਮਾਮਤ ਦਾ ਮੁਨਕਰ. ਉਹ ਕਾਫਰ ਹੈ ਦੁਸ਼ਮਣ ਖੁਦਾ ਦਾ, ਨਬੀ ਦਾ, ਖੁਦਾ ਦੀ ਕਸਮ ਸਾਡਾ ਇਹੋ ਅਕੀਦਾ. ਪਰ ਪਹਿਚਾਣ ਕਰ ਲੈਣੀ ਪਹਿਲੋਂ ਜ਼ਰੂਰੀ, ਪਰ ਪਹਿਚਾਣ ਕਰ ਲੈਣੀ ਪਹਿਲੋਂ ਜ਼ਰੂਰੀ. ਕਿਸ ਨੂੰ ਹੈ ਦੂਰੀ ਅਤੇ ਕਿਸ ਨੂੰ ਹਜ਼ੂਰੀ, ਖੁਦਾ ਨਾਲ ਯਾਰੀ ਕਿਨੇ ਲਾਈ ਪੂਰੀ, ਉਹ ਸੁਨਤ ਦਾ ਆਸ਼ਿਕ ਕਿਹੜਾ ਤੇਰਾ ਨੂਰੀ. ਜੋ ਕੁਰਾਨ ਦੱਸੇ ਵਲੀ ਦੀ ਨਿਸ਼ਾਨੀ, ਜ਼ਰਾ ਗੌਰ ਕਰਕੇ ਲਵੀ ਵੇਖ ਜਾਣੀ. ਕੁਰਾਨ ਕੀ ਕਹਿੰਦਾ ਹੈ? ਕੁਰਾਨ ਕਹਿੰਦਾ ਹੈ ਜੋ ਪਾਬੰਦ ਸੋਮੋ ਸਲਾਤਾਂ ਦਾ ਹੋਵੇ, ਨਮਾਜ਼ਾਂ ਪੜ੍ਹਦਾ ਹੋਵੇ, ਤੇ ਰੋਜ਼ੇ ਰੱਖਦਾ ਹੋਵੇ. ਜੋ ਪਾਬੰਦ ਸੋਮੋ ਸਲਾਤਾਂ ਦਾ ਹੋਵੇ, ਅਦਾ ਕਰਨ ਵਾਲਾ ਜ਼ਕਾਤਾਂ ਦਾ ਹੋਵੇ, ਨਾ ਸੁਣਨ ਵਾਲਾ ਰੱਬ ਬਾਤਾਂ ਦਾ ਹੋਵੇ, ਨਾ ਬੇਤੀ ਜਨਾਹ ਦੀਆਂ ਗਾਤਾਂ ਦਾ ਹੋਵੇ, ਉਹ ਬੁਰੀ ਨਜ਼ਰ ਕਰਕੇ ਜੇ ਨਹੀਂ ਜਾਕਦਾ ਹੈ, ਕੁਰਾਨ ਹੀ ਉਸਨੂੰ ਵਲੀ ਆਖਦਾ ਹੈ. ਉਹ ਵਲੀ ਉਹ ਨਹੀਂ ਹੁੰਦਾ, ਵਲੀ ਉਹ ਨਹੀਂ ਹੁੰਦਾ ਜੇ ਤੁੰਬਾ ਵਜਾਵੇ, ਉਹ ਵਲੀ ਉਹ ਨਹੀਂ ਹੁੰਦਾ ਜੇ ਤੁੰਬਾ ਵਜਾਵੇ ਅਤੇ ਕਹਿੰਦੇ ਉੱਤੇ ਜਿਹੜਾ ਸੱਸੀ ਹੀਰ ਗਾਵੇ. ਉਹ ਮਿਰਜ਼ਾ ਸਾਹਿਬਾ ਜੀ ਨੂੰ ਹਾਲ ਪਾਵੇ, ਵਲੀ ਨਹੀਂ ਜਿਹੜਾ ਨਾਚ ਕਰਕੇ ਦਿਖਾਵੇ. ਬਹੂ ਬੇਟੀ ਲੋਕਾਂ ਦੀ ਤੱਕਦੇ ਨੇ, ਵਲੀ ਦੀ ਬਦਮਾਸ਼ ਮੱਕਦੇ ਨੇ. ਵਲੀ ਵਲੀ ਕਰਦਾ ਹੈ ਤਬਲੀਗ ਕੁਰਾਨ ਫੜ ਕੇ, ਵਲੀ ਕਰਦਾ ਹੈ ਤਬਲੀਗ ਕੁਰਾਨ ਫੜ ਕੇ. ਉਹ ਹੱਕ ਆਖਦਾ ਹੈ ਅੱਗੇ ਜ਼ਾਲਮ ਦੇ ਖੜ ਕੇ, ਉਹ ਪਾਉਂਦਾ ਸ਼ਹਾਦਤ ਕੁਫਰ ਨਾਲ ਲੜਕੇ, ਨਾ ਤੋਹੀਦ ਛੱਡਦਾ ਤੇਲਾਂ ਵਿੱਚ ਸੜ ਕੇ. ਇਹ ਬੂਟਾ ਸ਼ਿਰਕ ਦਾ ਵਲੀ ਪੱਟਦੇ ਨੇ ਅਤੇ ਬਿੱਦਤ ਦੀਆਂ ਉਹ ਜੜ੍ਹਾਂ ਕੱਟਦੇ ਨੇ. ਉਹ ਵਲੀ ਉਹ ਨਹੀਂ ਹੁੰਦਾ ਜੇ ਬੰਗਾ ਘੁਟਾਵੇ, ਜਿਵੇਂ ਅੱਜ ਕੱਲ੍ਹ ਕਰਦੇ ਨੇ. ਆਉਂਦੇ ਨੇ ਸੁਰਕੀ ਸੁਰਕੀ ਖਬਰ ਲਿਆ ਦੁਰਕੀ,
ਆਂਦੇ ਨੇ ਗੋਟ ਗੋਟ ਪੀਤੀਆਂ, ਖੁਦਾ ਨਾਲ ਗੱਲਾਂ ਕੀਤੀਆਂ। ਉਹ ਵਲੀ ਉਹ ਨਹੀਂ ਹੁੰਦਾ ਜੇ ਬੰਗਾ ਘੁਟਾਵੇ, ਨਸ਼ਾ ਪੀ ਕੇ ਦੌਰ ਦੀਆਂ ਖਬਰਾਂ ਲੈ ਆਵੇ, ਕੁੱਕੜ ਬਟੇਰੇ ਤੇ ਕੁੱਤੇ ਲੜਾਵੇ, ਵਲੀ ਮੰਗ ਕੇ ਰੋਟੀ ਹਰ ਕਿਸੇ ਨਾਲ ਖਾਵੇ। ਉਹ ਸ਼ੱਕ ਵਾਲੀ ਰੋਜ਼ੀ ਦੇ ਨੇੜੇ ਹੀ ਨਹੀਂ ਜਾਂਦਾ ਸੀ, ਰਿਜ਼ਕ ਪਾ ਕੇ ਅੱਲਾ ਵਲੀ ਨਹੀਂ ਖਵਾਉਂਦਾ। ਵਲੀ ਉਹ ਵਲੀ ਨਾਲ ਘੜੀਆਲ ਵੀ ਨਹੀਂ ਵਜਾਉਂਦੇ, ਵਲੀ ਹੱਕ ਹੱਕ ਕਰਕੇ ਜੱਲੀ ਨਹੀਂ ਪਾਉਂਦੇ, ਡਿੱਟਾਂ ਬੋਲਦੀਆਂ ਨਹੀਂ ਸਿਰਿਆਂ 'ਤੇ ਰਖਾਉਂਦੇ, ਮਲੰਗਾਂ ਨੂੰ ਚੇਲੇ ਵਲੀ ਨਹੀਂ ਬਣਾਉਂਦੇ। ਉਹ ਰੱਖਦੇ ਸ਼ਰੀਅਤ ਨੂੰ ਅੱਗੇ ਨਜ਼ਰ ਦੇ, ਉਹ ਸੁਨਤ ਤੋਂ ਪਾਸੇ ਕਦਮ ਨਹੀਂ ਡਰਦੇ। ਵਲੀ ਵਲੀ ਹੁੰਦਾ ਹੈ ਮਖਲੂਕ ਵਿੱਚ ਨੇਕ ਬੰਦਾ, ਵਲੀ ਹੁੰਦਾ ਹੈ ਮਖਲੂਕ ਵਿੱਚ ਨੇਕ ਬੰਦਾ। ਉਹ ਵਲੀ ਦਾੜੀ ਉੱਤੇ ਫਿਰਾਉਂਦਾ ਰਹਿ ਰਹਿੰਦਾ, ਨਪਾਉਂਦਾ ਧਮਾਲਾ ਮੋਢੇ ਰੱਖ ਡੰਡਾ। ਵਲੀ ਤੂੰ ਨਹੀਂ ਹੁੰਦਾ ਕੋਈ ਕੰਮ ਮੰਦਾ, ਉਹ ਦਿਨ ਰਾਤ ਅੰਦਰ ਇਬਾਦਤ ਲਗਾਉਂਦਾ ਤੇ ਵਲੀ ਵੇਖਿਆ ਹੈ, ਖੁਦਾ ਯਾਦ ਆਉਂਦਾ। ਸੱਚੇ ਵਲੀ ਅੱਲਾ ਜੀ ਜਿਤਨੇ ਵੀ ਆਏ, ਸੱਚੇ ਵਲੀ ਅੱਲਾ ਦੇ ਜਿਤਨੇ ਵੀ ਆਏ, ਸਭਨਾਂ ਨੇ ਪੁਰਦੇ ਛਿੜਕਦੇ ਉਡਾਏ, ਨਾ ਸਜਦੇ ਕਰਾਏ, ਨਾ ਗੋਡੇ ਚੁਮਾਏ, ਕਿਸੇ ਮਿੰਟ ਗੈਰ ਅੱਲਾ ਦੇ ਨਹੀਂ ਜੇ ਕਰਾਏ। ਪੜ੍ਹ ਲਓ ਕਿਤਾਬਾਂ ਉਹਨਾਂ ਦੀਆਂ ਸਾਰੇ, ਕੀ ਕਹਿ ਗਏ ਨੇ ਖੁਦਾ ਦੇ ਪਿਆਰੇ। ਕਬਰਾਂ ਦੀ ਪੂਜਾ ਵਲੀ ਬੰਦ ਕਰ ਗਏ, ਪੱਕੀ ਕਬਰ ਚੂਨਾ ਕਲੀ ਬੰਦ ਕਰ ਗਏ, ਉਹ ਦੀਵੇ ਨਾ ਬਾਲੋ ਭਲੀ ਬੰਦ ਕਰ ਗਏ, ਹਰ ਇੱਕ ਛਿੜਕ ਦੀ ਗਲੀ ਬੰਦ ਕਰ ਗਏ। ਗੈਰ ਅੱਲਾ ਨਜ਼ਰਾਂ ਜੜਾਵੇ ਜੜਾਣੇ, ਮਨਾ ਕਰ ਉਰਸ ਮੇਲ ਲਗਾਣੇ, ਗੈਰ ਅੱਲਾ ਨਜ਼ਰਾਂ ਜੜਾਵੇ ਜੜਾਣੇ, ਮਨ ਕਰਕੇ ਉਰਸ ਤੇ ਮੇਲੇ ਕਰਾਣੇ। ਜਿਹਨਾਂ ਸਹੀਦੇ ਕਬਰਾਂ 'ਤੇ ਕੀਤੇ ਕਰਾਏ, ਅਤੇ ਗੈਰ ਅੱਲਾ ਨਜ਼ਰਾਂ ਜੜਾਵੇ ਜੜਾਏ, ਚਰਾਗਾ ਕਰਾਏ ਅਤੇ ਮੇਲੇ ਲਵਾਏ, ਇਹ ਵਲੀਆਂ ਦੇ ਸਾਰੇ ਹੁਕਮ ਟੁਕਰਾਏ। ਉਹ ਬੰਦੇ ਵਲੀਆਂ ਦੇ ਪੱਕੇ ਸ਼ਿਰਾਈ, ਵੇਖੋ ਚੋਰ ਬਣ ਕੇ ਅਤੇ ਕਰਨ ਚੁਤਰਾਈ। ਉਹ ਸੁਣੋ ਜਿਹੜਾ ਵਲੀਆਂ ਦਾ ਆਖਾਂ ਨਾ ਮੰਨੇ, ਉਹਨਾਂ ਦੇ ਤਰੀਕੇ ਤੂੰ ਜਾਂਦਾ ਹੈ ਬੰਨੇ, ਉਹ ਜ਼ਾਲਿਮ ਹੈ ਦੀਨੀ ਅਸੂਲਾਂ ਨੂੰ ਬੰਨੇ, ਇਹੋ ਜਿਹੇ ਉੱਠਣਗੇ ਕਿਆਮਤ ਨੂੰ ਆਨੇ। ਉਹ ਖਾਦਮ ਨੇ ਝੂਠੇ ਤੇ ਮੁਨਕਰ ਵਲੀ ਦੇ, ਉਹ ਦੁਸ਼ਮਣ ਖੁਦਾ ਦੇ ਦੁਸ਼ਮਣ ਨਬੀ ਦੇ।